ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਡੀਜੀਪੀ ਨੂੰ ਕੀਤਾ ਤਲਬ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਿਰੇ KSI ਤੇ ਮੰਗੀ ਰਿਪੋਰਟ। ਬਾਜਵਾ ਨੇ ਲਾਰੈਂਸ ਦਾ ਇੰਟਰਵਿਊ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਵੀ ਤਲਬ ਕਰਨ ਦਾ ਚੱਕਿਆ ਮੁੱਦਾ। ਚੰਡੀਗੜ੍ਹ ਦੇ ਮਟਕਾ ਚੌਂਕ ਤੇ ਕਿਸਾਨਾਂ ਦੇ ਧਰਨੇ 'ਚ ਆਏ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ। ਕਿਸਾਨਾਂ ਨੇ ਸੌਂਪਿਆ ਮੰਗ ਪੱਤਰ, ਖੁੱਡੀਆਂ ਬੋਲੇ, ਵਕੀਲ ਦੇ ਤੌਰ 'ਤੇ ਚੱਕਾਂਗਾ ਕਿਸਾਨਾਂ ਦੇ ਮੁੱਦੇ। ਸ਼ੰਭੂ ਬਾਰਡਰ ਮਾਮਲੇ ਸੁਪਰੀਮ ਕੋਰਟ ਨੇ ਗੱਲਬਾਤ ਲਈ ਕਮੇਟੀ ਦਾ ਕੀਤਾ ਗਠਨ, ਕਿਹਾ ਕਿਸਾਨਾਂ ਦੇ ਮੁੱਦਿਆਂ ਦਾ ਨਾ ਹੋਵੇ ਸਿਆਸੀਕਰਨ, ਕਿਸਾਨ ਵੀ ਪਾਰਟੀਆਂ ਤੋਂ ਰਹਿਣ ਦੂ। ਕੰਗਣਾ ਰਣੌਤ ਬਹਾਨੇ ਆਪ ਦਾ ਬੀਜੇਪੀ ਤੇ ਨਿਸ਼ਾਨਾ, ਕਿਹਾ ਬੀਜੇਪੀ ਕਿਸਾਨਾਂ ਖਿਲਾਫ਼ ਬੋਲਣ ਲਈ ਕੰਗਣਾ ਖਿਲਾਫ਼ ਕਿਉਂ ਨਹੀਂ ਕਰ ਰਹੀ ਕਾਰਵਾਈ। ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਨਾ ਮਿਲਣ ਤੇ ਭੜਕੀ ਕੰਗਣਾ ਰਣੌਤ, ਸੈਂਸਰ ਬੋਰਡ ਤੇ ਚੱਕੇ ਸਵਾਲ, ਕਿਹਾ ਭਾਰਤ ਦੀ ਏਕਤਾ ਤੇ ਅਖੰਡਤਾ ਤੇ ਬਣਾਈ ਫਿਲਮ ਨੂੰ ਰੋਕਿਆ ਜਾਏ। ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਾਰਿਸ ਦਾ ਕੀਤਾ ਐਲਾਨ, ਜਸਦੀਪ ਸਿੰਘ ਗਿੱਲ ਨੂੰ ਨਾਮ ਦੇਣ ਦਾ ਵੀ ਹੋਏਗਾ ਅਧਿਕਾਰ। ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼, ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਿਨਿਊ ਕਰਾਈ ਆਪਣੀ ਮੈਂਬਰਸ਼ਿਪ, 10 ਕਰੋੜ ਨਵੇਂ ਮੈਂਬਰ ਜੋੜਨ ਦਾ ਟਾਰਗੇਟ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ, 7 ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਪੰਜਾਬ ਦੇ DGP ਨੂੰ ਤਲਬ ਕੀਤਾ ਹੈ। ਮੰਗਲਵਾਰ ਨੂੰ DGP ਨੂੰ ਵਿਧਾਨ ਸਭਾ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਦਰਅਸਲ ਕੋਟਕਪੂਰਾ ਦਾ ਇੱਕ ਮਾਮਲਾ ਹੈ, ਕਿਉਂਕਿ ਵਿਧਾਨ ਸਭਾ ਸਪੀਕਰ ਕੋਟਕਪੂਰਾ ਤੋਂ ਹੀ ਵਿਧਾਇਕ ਨੇ ਔਰ ਇਸ ਕਰਕੇ ਉਹਨਾਂ ਵੱਲੋਂ ਇਸ ਮਾਮਲੇ 'ਤੇ ਖਾਸ ਫੋਕਸ ਕੀਤਾ ਜਾ ਰਿਹਾ ਹੈ। ਕੋਟਕਪੂਰਾ ਦੇ ਇੱਕ ASI ਦੇ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਗਈ ਹੈ। ਦਰਅਸਲ ASI 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਔਰ ਉਹਨਾਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਪੀਕਰ ਵੱਲੋਂ ਇਹ ਰਿਪੋਰਟ ਮੰਗੀ ਗਈ ਔਰ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਪੀਕਰ ਤੋਂ ਇੱਕ ਮੰਗ ਕਰ ਦਿੱਤੀ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਾਲੇ ਅਧਿਕਾਰੀ ਵੀ ਵਿਧਾਨ ਸਭਾ 'ਚ ਤਲਬ ਕੀਤੇ ਜਾਣ। ਲਾਰੈਂਸ ਵਾਲੇ ਮਾਮਲੇ 'ਤੇ ਫਿਰ ਹਰਪਾਲ ਚੀਮਾ ਨੇ ਜਵਾਬ ਦਿੱਤਾ। ਉਹਨਾਂ ਕਿਹਾ ਕਿ ਹਰਪਾਲ ਚੀਮਾ ਨੇ ਕਿਹਾ ਕਿ ਇਹ ਕੋਰਟ ਕੇਸ ਜਿਹੜਾ ਹੈ ਉਹ ਕੋਰਟ ਦੇ ਵਿੱਚ ਵਿਚਾਰ ਅਧੀਨ। ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼, ਜਿਹੜਾ ਜਦੋਂ ਵਾੜ ਖੇਤ ਨੂੰ ਖਾਣ ਲੱਗ ਪਏ। ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ DGP ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ FIR ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਟ ਪੂਰਾ ਦੇ ਸੰਬੰਧ ਵਿੱਚ ਕੱਲ੍ਹ ਤੱਕ ਪੂਰੀ ਰਿਪੋਰਟ ਲੈ ਕੇ ਆਉਣ, ਔਰ ਉਹਦੇ 'ਚ 311 ਦੀ ਕਾਰਵਾਈ ਉਹਦੇ 'ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੇ ਲਈ ਉਹਦੀ ਪੂਰੀ ਕਾਰਵਾਈ ਲੈ ਕੇ ਆਉਣ। ਔਰ ਇੱਕ ਗੱਲ ਉਹਦੇ 'ਚ ਹੋਰ, ਉਹਨੂੰ ਮੀਡੀਆ 'ਚ ਨਹੀਂ ਜਾਣ ਦਿੱਤਾ ਗਿਆ। ਇਹ ਜਿਹੜੀ ਇੱਕ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ, ਜਿਹੜੀ ਰਿਪੋਰਟ ਗਈ ਹੈ ਇਸ FIR ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ। ਔਰ ਉਸ ਦਿਨ ਕਿਹੜੇ ਕਿਹੜੇ ਪੋਲੀਟੀਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ 'ਤੇ ਮਤਲਬ FIR ਹੋਈ ਹੈ ਗੱਲ ਹੋਈ, ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ। ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ DGP ਪੰਜਾਬ ਤੋਂ ਮੰਗ ਲਈ ਜਾਵੇ। ਇੱਕ ਮਿੰਟ ਜੀ, ਮੈਂ ਅੱਜ 'ਤੇ ਲੈ ਲਈਏ ਜੀ, ਇਸ 'ਤੇ ਲੈ ਲਈਏ ਜੀ, ਫਿਰ ਆਪਾਂ ਦੇਖ ਲਾਂਗੇ ਜੀ। ਥੈਂਕ ਯੂ। ਇੱਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ, ਬਟ ਲਾਰੈਂਸ ਬਿਸ਼ਨੋਈ ਨੂੰ ਵੀ ਵਿੱਚ ਹੀ ਰੱਖ ਲਈਏ।
ਉਸ ਅਫਸਰ ਦੀ ਕਾਰਵਾਈ ਵਿੱਚ ਹੀ ਪਈ ਹੈ ਨਾ ਜੀ, ਇੱਧਰ ਧਿਆਨ ਹੀ ਨਹੀਂ ਕਰਦੇ। ਇੱਧਰ ਮਾਨਯੋਗ ਸਪੀਕਰ ਸਾਹਿਬ ਇੰਨੇ ਚੰਗੇ ਹੋ, ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ, ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ। ਬਲੈਕ ਸ਼ੀਪ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ, ਦਹਾਕਿਆਂ ਤੋਂ ਬਾਅਦ। ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ CIA 'ਚ, ਜਿਹਨੇ ਆਪਣਾ ਫੋਨ ਦਿੱਤਾ, ਇੰਨਾ ਬੰਜਰ ਗੁਨਾਹ ਕੀਤਾ, ਉਸ ਨੂੰ ਵੀ ਇਸ ਦੇ ਵਿੱਚ ਹੀ, ਇਸੇ ਤੁਹਾਡੀ ਤਮੀਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜੀ। ਚੀਮਾ ਸਾਹਿਬ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ, ਬਟ ਲਾਰੈਂਸ ਬਿਸ਼ਨੋਈ ਨੂੰ ਵੀ ਵਿੱਚ ਹੀ ਰੱਖ ਲਈਏ। ਉਸ ਅਫਸਰ ਦੀ ਕਾਰਵਾਈ ਵਿੱਚ ਹੀ ਪਈ ਹੈ ਨਾ ਜੀ, ਇੱਧਰ ਧਿਆਨ ਹੀ ਨਹੀਂ ਕਰਦੇ। ਇੱਧਰ ਮਾਨਯੋਗ ਸਪੀਕਰ ਸਾਹਿਬ ਇੰਨੇ ਚੰਗੇ ਹੋ, ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ, ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ। ਬਲੈਕ ਸ਼ੀਪ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ, ਦਹਾਕਿਆਂ ਤੋਂ ਬਾਅਦ। ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ CIA 'ਚ, ਜਿਹਨੇ ਆਪਣਾ ਫੋਨ ਦਿੱਤਾ, ਇੰਨਾ ਬੰਜਰ ਗੁਨਾਹ ਕੀਤਾ, ਉਸ ਨੂੰ ਵੀ ਇਸ ਦੇ ਵਿੱਚ ਹੀ, ਇਸੇ ਤੁਹਾਡੀ ਤਮੀਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਵੇ। ਚੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ? ਤੁਹਾਡੇ ਕੋਲ, ਤੁਹਾਡੀ ਚੇਅਰ ਕੋਲ ਬਹੁਤ ਪਾਵਰਸ ਨੇ, ਤੁਸੀਂ ਕਿਸੇ ਵੀ ਆਫਿਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ, ਬੁਲਾ ਸਕਦੇ ਹੋ। ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਔਰ ਦੂਸਰਾ, ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਨੇ ਮਸਲਾ ਉਠਾਇਆ ਗਾ, ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈਕੋਰਟ ਦੇ ਅਧੀਨ ਵਿਚਾਰ ਅਧੀਨ ਆ। ਸੋ ਮੈਟਰ ਸਭ ਜੁਡਾਈਸ ਆ, ਸਾਨੂੰ ਇਹਦੇ 'ਤੇ ਮੈਂ ਸਮਝਦਾ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ। ਆਨਰੇਬਲ ਹਾਈਕੋਰਟ ਜਿਹੜੀ ਆ, ਹਾਈਕੋਰਟ ਉਹਦੇ 'ਤੇ ਪਲੀਜ਼, ਹਾਈਕੋਰਟ ਦੇ ਅੰਦਰ ਮਾਮਲਾ ਹਾਈ ਆਨਰ ਪਲੀਜ਼ ਪਲੀਜ਼ ਹਾਈਕੋਰਟ ਜਿਹੜੀ ਆ, ਆਨਰੇਬਲ ਹਾਈਕੋਰਟ ਆਪਦੀ ਨਹੀਂ ਲੈਣੀ ਹੈ ਉਹਨਾਂ ਦੀ ਮਾਮਲਾ, ਕਿਉਂਕਿ ਮਾਮਲਾ ਮੈਂ ਤੇ ਰੂਲਿੰਗ ਦੇ ਦਿੰਦਾ ਨਾਟ ਇਨ ਪੰਜਾਬ, ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ। ਰਾਜਸਥਾਨ ਵੀ ਮੈਂ ਤੇ ਰੂਲਿੰਗ ਦੇ ਦਿੰਦਾ, ਰਾਜਸਥਾਨ ਵੀ ਆਉਂਦਾਗਾ, ਉਸ ਸਟੇਟ 'ਚ ਰਾਜਸਥਾਨ ਵੀ ਆਉਂਦਾਗਾ, ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈਕੋਰਟ 'ਚ ਅਧੀਨ ਆ। ਥੈਂਕ ਯੂ ਜੀ। ਜਿਹੜੇ ਵੀ ਮਾਮਲੇ ਮਾਣਯੋਗ ਹਾਈਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ, ਸਾਡੇ ਜਿਹੜੇ ਕਾਨੂੰਨ ਹੈ ਉਹ ਇਹ ਕਹਿੰਦੇ ਵੀ ਵਿਧਾਨ ਸਭਾ 'ਚ ਡਿਸਕਸ ਨਹੀਂ ਹੋਣਗੇ। ਅੱਗੇ ਪੰਜਾਬ ਦੇ DGP ਨੂੰ ਤਲਬ ਕੀਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਜਵਾਬ ਦੇਣ ਦੇ ਲਈ ਕੋਟਕਪੂਰਾ ਦੇ ਇੱਕ ਮਾਮਲੇ ਦੇ ਵਿੱਚ। ਕੋਟਕਪੂਰਾ ਦੇ ਵਿੱਚ KSI ਵੱਲੋਂ ਰਿਸ਼ਵਤ ਲੈਣ ਦਾ ਇੱਕ ਮਾਮਲਾ ਹੈ, ਔਰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਪੁੱਛ ਕੇ ਇਹ ਤਲਬ ਕੀਤਾ ਹੈ। ਹਾਲਾਂਕਿ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਪੀਕਰ ਦਾ ਅਖਤਿਆਰ ਹੁੰਦਾ, ਉਹਨਾਂ ਦਾ ਪ੍ਰੈਰੋਗੇਟਿਵ ਹੈ ਕਿ ਉਹ ਬੁਲਾ ਸਕਦੇ ਆ ਇਕੱਲੇ ਵੀ, ਪਰ ਫਿਰ ਵੀ ਕੁਲਤਾਰ ਸਿੰਘ ਸੰਧਵਾ ਵੱਲੋਂ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਸੱਦਿਆ ਗਿਆ ਹੈ ਪੰਜਾਬ ਦੇ DGP ਨੂੰ ਇਸ ਮਾਮਲੇ 'ਤੇ ਕੱਲ੍ਹ ਤੱਕ ਜਵਾਬ ਦੇਣ ਦੇ ਲਈ। ਮੇਰੇ ਸਹਿਯੋਗੀ ਨਪਿੰਦਰ ਬਰਾੜ ਜੁੜੇ ਨੇ। ਨਪਿੰਦਰ, ਥੋੜ੍ਹਾ ਮਾਮਲੇ ਬਾਰੇ ਦੱਸ ਸਕਦੇ ਹੋ ਕਿ ਮਾਮਲਾ ਕੀ ਸੀਗਾ ਜਿਹੜਾ ਅੱਜ ਕਾਫੀ ਗੰਭੀਰਤਾ ਦੇ ਨਾਲ ਲੱਗਿਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਵਿਚਾਰਿਆ ਗਿਆ? ਦੇਖੋ, ਬੇਸਿਕਲੀ ਇਹ ਇੱਕ ਪੁਲਿਸ ਦੇ ਥਾਣੇਦਾਰ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਜਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਦੱਸੀਆਂ ਗਈਆਂ ਨੇ, ਜਾਂ ਜਿਸ ਤਰ੍ਹਾਂ ਸਪੀਕਰ ਪੰਜਾਬ ਵਿਧਾਨ ਸਭਾ ਹੋਰਾਂ ਦਾ ਦਾਅਵਾ ਹੈ ਕਿ ਉਸ ਵਿਅਕਤੀ ਦੇ ਖਿਲਾਫ਼ ਇੱਕ FIR ਨੰਬਰ ਦਰਜ ਹੋਇਆ, FIR ਨੰਬਰ 180 ਕੋਟਪੁਰਾ ਸਿਟੀ ਦੇ ਵਿੱਚ KSI ਦੇ ਖਿਲਾਫ਼।
ਇਲਜ਼ਾਮ ਉਹਦੇ ਵਿੱਚ ਇਹ ਨੇ ਕਿ ਉਹ ਜਿਹੜਾ ਏਸ ਆਈ ਆ ਉਹ ਕਿਸੇ ਗੈਂਗਸਟਰ ਤੋਂ ਪੈਸੇ ਉਸਨੇ ਲਏ ਨੇ। ਤਾਂ ਯਾਨੀ ਸਿੱਧਾ ਸਿੱਧਾ ਅਗਰ ਇਹਨਾਂ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਫਿਰ ਗੈਂਗਸਟਰ ਔਰ ਪੁਲਿਸ ਦੇ ਵਿੱਚ ਦਾ ਇੱਕ ਨੈਕਸਸ ਦਾ ਜਿਹੜਾ ਹੈਗਾ ਸਵਾਲ ਖੜਾ ਹੋ ਜਾਂਦਾ। ਐਸੇ ਹਾਲਾਤਾਂ ਦੇ ਵਿੱਚ ਜਿੱਥੋਂ ਰੌਲਾ ਪੈਂਦਾ, ਰੌਲਾ ਕਿੱਥੋਂ ਪੈਂਦਾ, ਉਹ ਕਹਿੰਦੇ ਨੇ ਕਿ ਪੁਲਿਸ ਡੇਲੀ ਇੱਕ ਡਾਇਰੀ ਜਾਰੀ ਕਰਦੀ ਹੈ, ਇੱਕ ਡਿਟੇਲ ਜਾਰੀ ਕਰਦੀ ਹੈ ਕਿ ਅੱਜ ਕਿਹੜੇ ਕਿਹੜੇ ਪਰਚੇ ਦਰਜ ਕੀਤੇ ਗਏ ਨੇ। ਉਹਦੇ ਵਿੱਚ ਜਦੋਂ ਸ਼ਾਮ ਵੇਲੇ ਦਰਜ ਪਰਚਿਆਂ ਦਾ ਵੇਰਵਾ ਦਿੱਤਾ ਗਿਆ ਤਾਂ 179 ਨੰਬਰ ਐਫ ਆਈ ਆਰ ਜਿਹੜੀ ਦਰਜ ਹੋਈ ਉਹਦੀ ਡਿਟੇਲ ਦਿੱਤੀ ਗਈ। ਉਸ ਤੋਂ ਬਾਅਦ ਸਿੱਧੀ 181 ਨੰਬਰ ਐਫ ਆਈ ਆਰ ਦੀ ਡਿਟੇਲ ਦਿੱਤੀ ਗਈ। ਯਾਨੀ ਪੁਲਿਸ ਨੇ ਆਪਣੇ ਏਸ ਆਈ ਦੇ ਖਿਲਾਫ ਦਰਜ ਹੋਏ ਉਸ ਇਲਜ਼ਾਮਾਂ ਵਾਲੇ ਪਰਚੇ ਨੂੰ ਜਿਹੜਾ ਹੈਗਾ ਵਿੱਚੋਂ ਗੈਪ ਕਰ ਦਿੱਤਾ। 179 ਤੋਂ ਬਾਅਦ ਸਿੱਧਾ 181 ਨੰਬਰ ਜਿਹੜਾ ਹੈਗਾ ਜਾਣਕਾਰੀ ਦੇ ਦਿੱਤੀ ਗਈ, ਪਰ 180 ਨੰਬਰ ਦੀ ਡਿਟੇਲ ਉਹਦੇ ਵਿੱਚ ਨਹੀਂ ਸੀ। ਔਰ ਸਪੀਕਰ ਸੰਸਦਾ ਕਹਿੰਦੇ ਨੇ ਕਿ ਉਸੇ ਤੋਂ ਬਾਅਦ ਮੇਰਾ ਮੱਥਾ ਠਣਕਿਆ ਕਿ ਆਖਿਰ ਕੀ ਮਸਲਾ ਹੈ, ਕਿਉਂ ਇਹ ਕੀਤਾ ਗਿਆ, ਕੀ ਇਹਦੇ ਪਿੱਛੇ ਕਿਸੇ ਕਿਸੇ ਅਫਸਰ ਦਾ ਹੱਥ ਹੈ, ਕੀ ਇਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਫਿਰ ਇਹਦੇ ਵਿੱਚ ਕਿਸੇ ਪੋਲੀਟੀਸ਼ੀਅਨ ਦਾ ਯਾਨੀ ਕਿਸੇ ਲੀਡਰ ਦਾ ਵੀ ਹੱਥ ਹੈ। ਐਸੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਮਸਲਾ ਰੱਖਿਆ। ਔਰ ਸਾਫ਼ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਗੁੱਗੇ ਸਾਬਕਾ ਪੁਲਿਸ ਅਫਸਰ ਨੇ ਆਈ ਜੀ ਰਹੇ ਨੇ, ਉਹਨਾਂ ਤੋਂ ਵੀ ਉਹਦੇ ਤੇ ਕਮੈਂਟ ਲੈ ਗਏ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸਪੀਕਰ ਸਾਹਿਬ ਹੋਰਾਂ ਦੇ ਨਾਲ ਸੁਰ ਮਿਲਾਉਂਦੇ ਨਜ਼ਰ ਆਏ। ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਬਿਲਕੁਲ ਐਸੇ ਵਿਅਕਤੀ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਸਦਨ ਦੇ ਵਿੱਚ ਇੱਕ ਮਤ ਜਿਹੜਾ ਹੈਗਾ ਲੈਂਦੇ ਹਾਂ। ਹੁਣ ਕੱਲ੍ਹ ਤੱਕ ਦੇ ਲਈ ਕੱਲ੍ਹ ਪੰਜਾਬ ਦੇ ਡੀ ਜੀ ਪੀ ਨੇ ਇਸ ਬਾਰੇ ਰਿਪੋਰਟ ਪੇਸ਼ ਕਰਨੀ ਹੈ। ਔਰ ਵਿਜੇ ਤੁਸੀਂ ਵੀ ਇੰਨਾ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਬਾਰੇ ਕਵਰ ਕਰਦੇ ਰਹੇ ਹੋ ਜਾਂ ਵਿਧਾਨ ਸਭਾ ਦੀ ਕਾਰਵਾਈ ਦੇਖਦੇ ਰਹੇ ਹੋ, ਤਾਂ ਆਮ ਲੋਕ ਵੀ ਜਿਹੜੇ ਜ਼ਿਆਦਾਤਰ ਜਾਣਦੇ ਨੇ ਤਾਂ ਅਜਿਹੀ ਕਾਰਵਾਈ, ਅਜਿਹੇ ਕੇਸ ਬੇਹੱਦ ਘੱਟ ਦੇਖਣ ਨੂੰ ਮਿਲਦੇ ਨੇ ਵਿਧਾਨ ਸਭਾ ਦੇ ਅੰਦਰ। ਅਜਿਹੀ ਜਦੋਂ ਕੋਈ ਅਜਿਹਾ ਮਤਾ ਲਿਆਂਦਾ ਜਾਵੇ ਜਾਂ ਅਜਿਹੀ ਕਾਰਵਾਈ ਕੀਤੀ ਜਾਵੇ ਕਿਸੇ ਮੁਲਾਜ਼ਮ ਦੇ ਖਿਲਾਫ਼, ਕਿਸੇ ਅਫਸਰ ਦੇ ਖਿਲਾਫ਼ ਜਾਂ ਡੀ ਜੀ ਪੀ ਨੂੰ ਤਲਬ ਕੀਤਾ ਜਾਵੇ, ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਬੜੀਆਂ ਰੇਅਰ ਦੇਖੀਆਂ ਜਾਂਦੀਆਂ ਨੇ। ਔਰ ਪਿਛਲੇ ਇੱਕ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਦੇਖੀ ਗਈ। ਪਰ ਇਸ ਮਾਮਲੇ ਦੇ ਵਿੱਚ ਡੀ ਜੀ ਪੀ ਜਿਹੜਾ ਹੈਗਾ ਉਹਨਾਂ ਤੋਂ ਜਵਾਬ ਮੰਗਿਆ ਗਿਆ, ਇੱਕ ਡਿਟੇਲ ਰਿਪੋਰਟ ਮੰਗੀ ਗਈ ਹੈ ਕਿ ਕਿਉਂ ਇਹ ਕਾਰਵਾਈ ਜਿਹੜੀ ਉਹਦੇ ਖਿਲਾਫ਼ ਹਾਲੇ ਤੱਕ ਨਹੀਂ ਹੋਈ, ਔਰ ਉਸ ਦੇ ਖਿਲਾਫ਼ ਕੀ ਕਾਰਵਾਈ ਕਰ ਰਹੇ ਹੋ, ਪਿੱਛੇ ਇਹਦੇ ਕੌਣ ਕੌਣ ਲੋਕ ਨੇ, ਬੜੀ ਡਿਟੇਲ ਰਿਪੋਰਟ ਮੰਗੀ ਗਈ ਆ। ਤਾਂ ਮੈਨੂੰ ਲੱਗਦਾ ਹੈ ਕਿ ਸਪੀਕਰ ਵਿਧਾਨ ਸਭਾ ਨੇ ਇਸ ਤੇ ਵੀ ਹੈਰਾਨਗੀ ਜਤਾਈ ਕਿ ਇੱਕ ਤੇ ਰਿਸ਼ਵਤ ਲਈ ਗਈ ਇਸ ਮਾਮਲੇ ਦੇ ਵਿੱਚ, ਔਰ ਰਿਸ਼ਵਤ ਵੀ ਇੱਕ ਨੰਬਰ ਦੇ ਵਿੱਚ ਯਾਨੀ ਅਕਾਊਂਟ ਦੇ ਵਿੱਚ ਪੈਸੇ ਪਵਾਏ ਗਏ, ਕੁਛ ਐਸੇ ਵੀ ਗੱਲ ਹੋਈ ਹੈ। ਦੇਖੋ ਸਪੀਕਰ ਸਾਹਿਬ ਨੇ ਜਿੰਨੀਆਂ ਇਹ ਸਾਰੀਆਂ ਚੀਜ਼ਾਂ ਫੈਕਟ ਰੱਖੇ ਨੇ ਇਹ ਸਪੀਕਰ ਪੰਜਾਬ ਵਿਧਾਨ ਸਭਾ ਦੇ ਵੱਲੋਂ ਰੱਖੇ ਗਏ ਨੇ। ਤਾਂ ਜਦੋਂ ਸਪੀਕਰ ਪੰਜਾਬ ਵਿਧਾਨ ਸਭਾ, ਕਿਉਂਕਿ ਇੱਕ ਬਹੁਤ ਵੱਡਾ ਅਹੁਦਾ ਔਰ ਹਾਊਸ ਦਾ ਲੀਡਰ ਨੇ, ਤਾਂ ਜਦੋਂ ਹਾਊਸ ਦਾ ਲੀਡਰ ਕੋਈ ਇਸ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਤਾਂ ਵਿਰੋਧ ਤੇ ਸ਼ਾਇਦ ਕਿੰਤੂ ਪਰੰਤੂ ਨਹੀਂ ਰਹਿ ਜਾਂਦੀ, ਔਰ ਉਹਨਾਂ ਦਾ ਪ੍ਰਾਇਓਰਿਟਿਵ ਹੈ। ਔਰ ਡੀ ਜੀ ਪੀ ਨੂੰ ਕੀ ਉਹ ਕਿਸੇ ਵੀ ਅਧਿਕਾਰੀ ਨੂੰ, ਕਿਸੇ ਵੀ ਅਫਸਰ ਨੂੰ ਤਲਬ ਕਰ ਸਕਦੇ ਨੇ, ਰੇਲ ਰਿਪੋਰਟ ਮੰਗ ਸਕਦੇ ਨੇ। ਪਰ ਮੈਂ ਜਿਹੜਾ ਜ਼ਿਕਰ ਕਰ ਰਿਹਾ ਸੀ ਕਿ ਇਸ ਤਰ੍ਹਾਂ ਬੜਾ ਅਸੀਂ ਘੱਟ ਦੇਖਣ ਨੂੰ ਮਿਲਦਾ ਕਿ ਸਪੀਕਰ ਆਪਣੀਆਂ ਜਿਹੜੀਆਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੋਵੇ, ਘੱਟ ਮਾਮਲਿਆਂ ਦੇ ਵਿੱਚ ਅਜਿਹਾ ਨਜ਼ਰ ਆਉਂਦਾ। ਪਰ ਇਸ ਵਾਰੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਹ ਕਾਰਵਾਈ ਕੀਤੀ ਹੈ ਤੇ ਡੀ ਜੀ ਪੀ ਪੰਜਾਬ ਨੂੰ ਜਿਹੜਾ ਹੈਗਾ ਡਿਟੇਲ ਰਿਪੋਰਟ ਦੇ ਨਾਲ ਸੱਦਾ ਦੇ ਦਿੱਤਾ, ਯਾਨੀ ਤਲਬ ਕਰ ਲਿਆ ਜੀ। ਯਾਨੀ ਪ੍ਰੈਰੋਗੇਟਿਵ ਤੇ ਸਪੀਕਰ ਦਾ ਹੁੰਦਾ ਹੈ, ਮਤਲਬ ਸਪੀਕਰ ਆਪਣੇ ਤੌਰ ਤੇ ਵੀ ਬੁਲਾ ਸਕਦੇ ਆ, ਫਿਰ ਵੀ ਉਹਨਾਂ ਵੱਲੋਂ ਸਦਨ ਤੋਂ ਪੁੱਛਿਆ ਗਿਆ ਇੱਕ ਵਾਰੀ। ਦੇਖੋ ਜਿੱਦਾਂ ਕਹਿੰਦੇ ਨਾ ਕਿ ਕਿਤੇ ਨਾ ਕਿਤੇ ਬਹੁਮਤ ਦਾ ਜ਼ਿਕਰ ਵੀ ਕਵਾਂਗੇ ਆਪਾਂ ਕਿ ਉਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਕਿ ਵਿਰੋਧੀ ਧਿਰ ਨੂੰ ਵੀ ਨਾਲ ਲਿਆ, ਆਪਣੇ ਸਾਥੀਆਂ ਨੂੰ ਵੀ ਨਾਲ ਲਿਆ, ਸਦਨ ਦੇ ਮੈਂਬਰਾਂ ਨੂੰ ਨਾਲ ਲਿਆ।
ਤਾਂ ਉਹਨਾਂ ਨੇ ਪੂਰਾ ਟੈਕਨੀਕਲੀ ਕਹਾਂਗੇ ਕਿ ਬੜਾ ਮਜ਼ਬੂਤ ਜਿਹੜਾ ਹੈਗਾ ਪੁਆਇੰਟ ਇਸਨੂੰ ਕਹਾਂਗੇ ਕਿ ਮਜ਼ਬੂਤੀ ਦੇ ਨਾਲ ਉਹਨਾਂ ਨੇ ਜੇ ਡੀ ਜੀ ਪੀ ਨੂੰ ਬੁਲਾਇਆ ਤਾਂ ਸਾਫ਼ ਤੌਰ 'ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਦਨ ਦੀ ਸਹਿਮਤੀ ਦੇ ਨਾਲ, ਤਾਂ ਯਾਨੀ ਜਿੱਥੇ ਸਦਨ ਦੀ ਕਹਿੰਦੇ ਦੇਖੋ ਸਪੀਕਰ ਤਲਬ ਕਰਦੇ ਅਧਿਕਾਰ ਉਹਨਾਂ ਦਾ ਹੈਗਾ, ਪਰ ਜੇ ਉਹ ਸਦਨ ਦੀ ਸਹਿਮਤੀ ਦੇ ਨਾਲ ਸਦਨ ਦੇ ਵੱਲੋਂ ਤਲਬ ਕੀਤਾ ਜਾਂਦਾ ਤਾਂ ਮੈਨੂੰ ਲੱਗਦਾ ਹੋਰ ਵੀ ਮਜ਼ਬੂਤ ਪੱਖ ਆ ਜਿਹੜਾ ਹੋ ਜਾਂਦਾ ਡੀ ਜੀ ਪੀ ਦੇ ਲਈ ਹੁਣ ਕਹਿ ਸਕਦੇ ਹਾਂ। ਹਾਲਾਂਕਿ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਨੇ ਉਹ ਮੁੱਖ ਮੰਤਰੀ ਪੰਜਾਬ ਨੇ, ਤੇ ਉਹ ਵੀ ਹੋ ਸਕਦਾ ਸਦਨ ਦੇ ਅੰਦਰ ਹੁਣ ਅੱਜ ਇਸ ਤੋਂ ਪਹਿਲਾਂ ਉਹ ਸੀ ਪਰ ਜਦੋਂ ਇਹ ਕਾਰਵਾਈ ਹੋਈ ਉਦੋਂ ਨਹੀਂ ਸੀ, ਤਾਂ ਕਿਤੇ ਨਾ ਕਿਤੇ ਬੇਸ਼ੱਕ ਡੀ ਜੀ ਪੀ ਉਹਨਾਂ ਦੇ ਵਿਭਾਗ ਦੇ ਅਧੀਨ ਆਉਂਦੇ ਨੇ ਸਿੱਧੇ ਤੌਰ 'ਤੇ, ਪਰ ਕਿਉਂਕਿ ਸਪੀਕਰ ਦਾ ਆਪਣਾ ਪ੍ਰਾਇਓਰਟੀ ਹੈ, ਸਪੀਕਰ ਦੇ ਆਪਣੇ ਆਪਣਾ ਅਧਿਕਾਰ ਖੇਤਰ ਹੈ, ਫਿਰ ਇਸ ਬਾਬਤ ਉਹਨਾਂ ਹੁਮਰ ਵਿਜੇ ਪ੍ਰਤਾਪ ਸਾਬਕਾ ਪੁਲਿਸ ਅਫਸਰ ਰਹੇ ਨੇ ਇਸ ਵੇਲੇ ਵਿਧਾਇਕ ਨੇ, ਉਹਨਾਂ ਤੋਂ ਸਲਾਹ ਵੀ ਲਈ ਗਈ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਆਮ ਤੌਰ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡੀ ਜੀ ਪੀ ਨੂੰ ਅਸੀਂ ਆਦੇਸ਼ ਕਰਦੇ ਹਾਂ ਵਿਧਾਨ ਸਭਾ ਵੱਲੋਂ ਕਿ ਉਹ ਸਾਰੇ ਫੈਕਟਸ ਲੈ ਕੇ ਕੀ ਕਾਰਵਾਈ ਹੋਈ ਜਾਂ ਅੱਗੇ ਕੀ ਕਾਰਵਾਈ ਹੋ ਸਕਦੀ ਹੈ ਉਹ ਸਭ ਕੁਝ ਲੈ ਕੇ ਕੱਲ੍ਹ ਨੂੰ ਸਦਨ ਦੇ ਅੰਦਰ ਜਵਾਬ ਦੇ। ਅਤੇ ਉੱਧਰ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵੱਲੋਂ ਮਾਈਨਿੰਗ ਦਾ ਮੁੱਦਾ ਚੱਕਿਆ ਗਿਆ। ਪ੍ਰਗਟ ਸਿੰਘ ਨੇ ਕਿਹਾ ਕਿ ਮੇਰੇ ਇਲਾਕੇ ਦੇ ਵਿੱਚ 70-70 ਫੁੱਟ ਡੂੰਘੀ ਮਾਈਨਿੰਗ ਹੋਈ ਹੈ। ਮਾਈਨਿੰਗ ਮੰਤਰੀ ਦੇ ਕੋਲ ਉਹਨਾਂ ਕਿਹਾ ਕਿ ਮੈਂ ਮੁੱਦਾ ਰੱਖਿਆ ਸੀ ਪਰ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਅਫਸਰ ਅਤੇ ਮਾਈਨਿੰਗ ਵਿਭਾਗ ਮਾਫੀਆ ਦੇ ਨਾਲ ਮਿਲਿਆ ਹੋਇਆ। ਮੁੱਖ ਮੰਤਰੀ ਵੱਲੋਂ ਪ੍ਰਗਟ ਸਿੰਘ ਦੇ ਸਵਾਲ ਦਾ ਜਵਾਬ ਦਿੱਤਾ ਗਿਆ ਔਰ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਨਾਲ ਚੱਲਿਓ, ਮਸਲਾ ਤੁਰੰਤ ਹੱਲ ਹੋਏਗਾ। ਮੁੱਖ ਮੰਤਰੀ ਨੇ ਕਿਹਾ ਕਿ ਗੰਦਲਾ ਪਾਣੀ ਅਤੇ ਚੁਗਿਰਦੇ ਨੂੰ ਬਚਾਉਣਾ ਸਾਡੇ ਵੱਡੇ ਮੁੱਦੇ। ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ, ਲੇਕਿਨ ਉੱਥੇ ਮਾਈਨਿੰਗ ਜਿਹੜੀ ਆ, ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ। ਅਸਲੀ ਗੱਲ ਹੈ, ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਅਤੇ ਇਹਨਾਂ ਨੂੰ ਕਹਾਂ ਵੀ ਆ ਜਾਓ, ਮੈਂ ਪੋਲੀਟਿਕਸ ਨਹੀਂ ਕਰਨੀ ਚਾਹੁੰਦਾ, ਲੇਕਿਨ ਆ ਜਾਓ ਆਪਾਂ ਇਨਵਾਇਰਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ। 70-70 ਫੁੱਟ ਸਪੀਕਰ ਸਾਹਿਬ, 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਨਾਲ ਪੁਲਿਸ ਰਲੀ ਹੋਈ ਆ, ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲੀ ਹੋਈ ਆ, ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ। ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋ ਜੂ, ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ, ਕੰਮ ਉੱਥੇ ਦਾ ਉੱਥੇ ਖੜਾ। ਜੇ ਸਰ ਬੇਸਿਕਲੀ ਗੱਲ ਇੰਨੀ ਕੁ, ਆਪਣੀ ਬਦਨਾਮੀ ਸਭ ਦੀ ਹੋ ਰਹੀ ਆ। ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ, ਕਿਉਂਕਿ ਸਮਾਂ ਲੰਘ ਜਾਣਾ, ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ, ਕਈ ਵਾਰੀ 5-5 ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਛ ਸੋਚਦੇ ਸੀਗੇ, ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ 'ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਇਹ ਇੱਕੋ ਜਿਹੀ ਆ, ਇੱਕੋ ਥਾਲੀ ਦੇ ਚੱਟੇ ਵੱਟੇ ਆ। ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ 'ਤੇ ਕੋਈ ਸੀਰੀਅਸਲੀ, ਸੀਐਮ ਸਾਹਿਬ ਰਿਕੁਐਸਟ ਹੈ ਕਿਉਂਕਿ ਤੁਸੀਂ ਉੱਥੇ ਰਹਿੰਦੇ ਆਣ ਕੇ, ਲੇਕਿਨ ਕਿਤੇ ਆਪੇ ਹੀ ਕਾਲੀ ਬਈ ਆ ਨਾ ਸਰ, ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨ ਗਿਆ ਉਦੋਂ।
ਲੋਕਾਂ ਨੂੰ ਦੇਣ 'ਚ ਕਾਮਯਾਬ ਹੋਏ ਹਾਂ, ਜੋ ਕਿ 16 ਮਾਰਚ ਜਿਸ ਦਿਨ ਓਥ ਲਈ ਸੀ ਸਪੀਕਰ ਸਾਹਿਬ, ਉਸ ਦਿਨ 21% ਸੀ। ਮੇਰੇ ਸੈਕਟਰੀ ਬੈਠੇ ਨੇ, ਮੇਰੇ ਸਾਰੇ ਅਫਸਰ ਬੈਠੇ ਨੇ, ਮੈਂ ਡਾਟਾ ਦੇ ਸਕਦਾ ਤੁਹਾਨੂੰ। ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਢੇ ਨਾਲੇ ਦੀ ਵੀ ਚੱਲੀ ਹੈ, ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਹੈ। ਪਹਿਲਾਂ ਸ਼ਿਕਾਵਤ ਜੀ ਆਏ, ਮੈਂ ਲੈ ਗਿਆ ਉੱਥੇ, ਹਾਂਜੀ ਇਹ ਤਾਂ ਹੋਣਾ ਚਾਹੀਏ, ਇਹ ਤਾਂ ਹੋਣਾ ਚਾਹੀਏ। ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ। ਅਸੀਂ ਇਸ ਗੱਲ 'ਤੇ ਬਿਲਕੁਲ ਹੱਕ 'ਚ ਹਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ, ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ 'ਚ ਜਾਂਦਾ ਰਿਹਾ, ਕਿਉਂਕਿ ਇਕੱਲਾ 'ਚ ਲੁਧਿਆਣੇ ਤੋਂ ਨਹੀਂ, ਜਿਹੜਾ ਸਤਲੁਜ ਹੈ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ। ਕਸੂਰ ਵੀ ਉਹਨਾਂ ਨੇ, ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਹਦੇ ਇਹਦੇ ਕਿਨਾਰੇ ਲਾ ਰੱਖੀਆਂ ਨੇ। ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ 'ਚ ਪਾਣੀ ਚਲਾ ਗਿਆ। ਡੂੰਘਾ ਨਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ। ਸੁਨੀਲ ਆਪਣਾ ਜਾਖੜ ਸਾਹਿਬ ਤੁਹਾਡਾ ਇਲਾਕਾ, ਮੈਂ ਪਿੰਡਾਂ ਦੇ ਨਾਂ ਲੈ ਦਿੰਦਾ, ਦੋਨਾ ਨਾਨਕਾ, ਤੇਜਾ ਰਹੇਲਾ, ਮਹਾਤਮ ਨਗਰ, ਝੰਗੜ ਭੈਣੀ, ਤੇਜੀ ਵਾਲੀ ਰੇਲੀ, ਰੇਤੀ ਵਾਲੀ ਭੈਣੀ, ਮੈਂ ਇਹਨਾਂ ਸਾਰੇ ਪਿੰਡਾਂ 'ਚ ਜਦੋਂ ਮੈਂ ਰਾਜਨੀਤੀ 'ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਲਕੇ ਲਵਾਉਂਦਾ ਰਿਹਾ। ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਇਕੱਲੀ ਸਰਕਾਰ 'ਚ ਹੀ ਹੋਵਾਂ ਅਤੇ ਮੋਦੀ ਕਰੀਏ। ਉਸ ਵੇਲੇ ਇਹ ਪਿੰਡ ਜਲਾਲਾਬਾਦ 'ਚ ਪੈਂਦੇ ਸੀਗੇ, ਔਰ ਜਲਾਲਾਬਾਦ ਤੋਂ MLA ਕੌਣ ਸੀਗਾ? ਸੁਖਬੀਰ ਸਿੰਘ ਬਾਦਲ। ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ, ਅਤੇ ਸਿਹਤ ਮੰਤਰੀ ਕੌਣ ਸੀ? ਸੁਰਜੀਤ ਸਿੰਘ ਜਿਆਣੀ। ਮਤਲਬ ਸਿਹਤ ਮੰਤਰੀ ਦੇ ਅਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ 'ਚ ਅੱਜ ਜਾ ਕੇ ਦੇਖ ਲਿਓ। ਅੱਜ ਅਸੀਂ ਉੱਥੇ ਹੁਣ ਡੂੰਘੇ ਬੋਰ ਲਵਾ ਰਹੇ ਹਾਂ, ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਛ ਨਹੀਂ ਕਰ ਸਕਦੇ। ਹਰ ਘਰ 'ਚ ਵੀਲਚੇਅਰ ਹੈ ਜਨਾਬ, ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ। 6-6 ਸਾਲ ਦੇ, 7-7 ਸਾਲ ਦੇ ਬੱਚਿਆਂ ਦੇ ਬਾਲ ਚਿੱਟੇ ਹੋ ਜਾਂਦੇ ਨੇ। ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਉਠਾਈ ਸੀ। ਆਰਸੈਨਿਕ ਹੈ, ਹੈਵੀ ਮੈਟਲਸ ਨੇ, ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉੱਥੇ ਪਾਣੀ 'ਚ, ਯੂਰੇਨੀਅਮ ਕੋਈ ਕੀਤਾ ਨਹੀਂ ਦਿੰਦਾ। ਕਾਹਦਾ ਪਾਣੀ, ਕਾਹਦਾ ਪੰਜਾਬ ਹੈ, ਕਾਹਦਾ ਪਾਪੂਲਰ। ਸੋ ਅਸੀਂ ਧਿਆਨ ਦੇਣ ਲੱਗੇ ਹੋਏ ਹਾਂ। ਪ੍ਰਗਟ ਭਾਅ ਜੀ, ਮੈਂ ਇਕੱਲਾ ਨਹੀਂ ਜਾਣਾ, ਜਦੋਂ ਹੁਣ ਮੈਂ ਆਇਆ ਜਲੰਧਰ, ਤੁਸੀਂ ਮੇਰੇ ਨਾਲ ਚੱਲਿਓ, ਤੁਸੀਂ ਮੈਨੂੰ ਦਿਖਾਓ, ਇਮੀਡੀਏਟਲੀ ਹੱਲ ਹੋਊਗਾ ਸਾਰਾ ਮਸਲਾ। ਬਹੁਤ ਬਹੁਤ ਅਤੇ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਮਾਰਚ ਕੀਤਾ ਔਰ ਇੱਕ ਮੈਮੋਰੈਂਡਮ 'ਤੇ ਉਹ ਮਾਰਚ ਸਮਾਪਤ ਹੋ ਗਿਆ। ਸੈਕਟਰ 34 ਤੋਂ ਮਟਕਾ ਚੌਂਕ ਤੱਕ ਕਿਸਾਨ ਪਹੁੰਚੇ ਔਰ ਮਟਕਾ ਚੌਂਕ 'ਤੇ ਅੱਗੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਹੁੱਡੀਆਂ ਨੇ ਉਹਨਾਂ ਦਾ ਮੈਮੋਰੈਂਡਮ ਰਿਸੀਵ ਕੀਤਾ। ਹੁੱਡੀਆਂ ਨੇ ਕਿਹਾ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਦੀ ਵਕਾਲਤ ਕਰਾਂਗਾ, ਮੈਂ ਕਿਸਾਨਾਂ ਦਾ ਵਕੀਲ ਬਣ ਕੇ CM ਦੇ ਸਾਹਮਣੇ ਇਹਨਾਂ ਦੀਆਂ ਮੰਗਾਂ ਰੱਖਾਂਗਾ ਔਰ CM ਭਗਵੰਤ ਮਾਨ ਵੱਲੋਂ ਇਹਨਾਂ ਦੀਆਂ ਮੰਗਾਂ 'ਤੇ ਨਜ਼ਰਸਾਨੀ ਕੀਤੀ ਜਾਏਗੀ। ਉਹਨਾਂ ਕਿਹਾ ਕਿ ਟੇਬਲ 'ਤੇ ਕਿਸਾਨਾਂ ਨੇ ਕਿਹਾ ਕਿ ਟੇਬਲ 'ਤੇ ਮੰਗਾਂ ਮੰਨਦੇ ਨੇ ਪਰ ਬਾਅਦ ਦੇ ਵਿੱਚ ਲਾਗੂ ਨਹੀਂ ਹੁੰਦੀਆਂ, ਇਹ ਉਹਨਾਂ ਦਾ ਕਿਲਾ ਹੈ। ਕਿਸਾਨਾਂ ਦੀ ਪੂਰੀ ਲੀਡਰਸ਼ਿਪ ਅੱਜ ਮੌਜੂਦ ਰਹੀ। ਉਗਰਾਹਾਂ, ਰਾਕੇਸ਼ ਟਕੈਤ, ਲੱਖੋਵਾਲ ਵੀ ਅੱਜ ਪਹੁੰਚੇ ਹੋਏ ਸਨ। ਬੜੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਤੁਸੀਂ ਆਪਣੇ ਪਿੰਡੇ 'ਤੇ ਵੀ ਹੰਡਾਇਆ ਔਰ ਕਿਸਾਨ ਜਿਹੜੀਆਂ ਮੰਗਾਂ ਕਿਸਾਨੀ ਦੀਆਂ ਉਹਨਾਂ ਨੂੰ ਸਰਕਾਰਾਂ ਦੇ ਅੱਗੇ ਵੀ ਰੱਖਿਆ। ਇਸੇ ਤਰ੍ਹਾਂ ਮਜ਼ਦੂਰ ਯੂਨੀਅਨ ਦੇ ਸਰਦਾਰ ਲਕਸ਼ਮਣ ਸਿੰਘ ਜੀ ਸੇਵੇਵਾਲਾ ਸਾਹਿਬ, ਠੀਕ ਹੈ ਸੰਘਰਸ਼ ਕਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ,
ਜਦੋਂ ਉਹ ਮੰਗਾਂ ਦੀ ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਪੈਂਦੀ ਹੈ, ਕੋਈ ਵਜ੍ਹਾ ਬਣ ਜਾਂਦੀ ਹੈ, ਤਾਂ ਮੈਂ ਪੰਜਾਬ ਸਰਕਾਰ ਵੱਲੋਂ, ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ, ਮੈਂ ਆਪਣੇ ਵੱਲੋਂ, ਚਾਹੇ ਮੈਂ ਮਾਨ ਸਾਹਿਬ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਹਾਂ, ਪਰ ਮੇਰੇ ਕਿਸਾਨ ਅਤੇ ਮਜ਼ਦੂਰ ਭਰਾ, ਇਹਨਾਂ ਦੇ ਆਗੂ ਵੀ ਜਾਣਦੇ ਹੈ ਕਿ ਮੈਂ ਇਹਨਾਂ ਵਿੱਚੋਂ ਹੀ ਲੰਘਿਆ ਅਤੇ ਇਹਨਾਂ ਗੱਲਾਂ ਨੂੰ ਵੀ ਜਾਣਦਾ ਹੈ। ਔਰ ਅੱਜ ਦਾ ਜੋ ਮੈਮੋਰੈਂਡਮ ਮੰਗ ਪੱਤਰ ਦੋਨਾਂ ਜਥੇਬੰਦੀਆਂ ਨੇ ਦਿੱਤਾ ਹੈ, ਉਹਨਾਂ ਨੂੰ ਆਪਣੀ ਸਰਕਾਰ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ, ਦੂਸਰੇ ਸਾਰੇ ਨੁਮਾਇੰਦਿਆਂ ਕੋਲ ਪੇਸ਼ ਕਰਕੇ, ਇਹਨਾਂ 'ਤੇ ਨਜ਼ਰਸਾਨੀ ਕਰਕੇ, ਇਹਨਾਂ ਸਾਰੀਆਂ ਜੋ ਇਹਨਾਂ ਨੇ ਆਪਣੀਆਂ ਮੰਗਾਂ ਦਿੱਤੀਆਂ, ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਦੇ ਪੇਸ਼ ਕਰੂੰਗਾ, ਔਰ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡੀ ਸਾਰੀ ਗੱਲ ਉਹਨਾਂ ਅੱਗੇ ਰੱਖੂੰਗਾ। ਉਹ ਕਹਿੰਦਾ ਮੈਂ ਵਕਾਲਤ ਕਰੂੰਗਾ ਤੁਹਾਡੀ, ਤੁਹਾਡੀਆਂ ਵਾਜਬ ਮੰਗਾਂ 'ਤੇ ਮੈਂ ਖੜ੍ਹ ਕੇ ਵਕਾਲਤ ਕਰੂੰਗਾ। ਜਿਹੜਾ ਸ਼ਬਦ ਉਹਨਾਂ ਨੇ ਕਿਹਾ ਬਹੁਤ ਪੋਜ਼ੀਟਿਵ ਹੈ, ਚੰਗੀ ਗੱਲ ਹੈ। ਜੇ ਕੋਈ ਸਰਕਾਰ ਦਾ ਨੁਮਾਇੰਦਾ ਖੇਤੀਬਾੜੀ ਖਾਸ ਕਰਕੇ ਮੰਤਰੀ ਇਹ ਗੱਲ ਕਹਿੰਦਾ ਵੀ ਤੁਹਾਡੀਆਂ ਮੰਗਾਂ 'ਤੇ ਮੈਂ ਵਕਾਲਤ ਕਰੂੰਗਾ, ਸਾਨੂੰ ਹੋਰ ਕੀ ਚਾਹੀਦਾ? ਅਸੀਂ ਚਾਹੁੰਦੇ ਹਾਂ ਵੀ ਇਹ ਸਾਡਾ ਮੰਗ ਪੱਤਰ ਸਰਕਾਰ ਦੇ ਵਿੱਚ ਵਿਚਾਰਿਆ ਜਾਵੇ। ਜਿਹੜੇ ਸਰਕਾਰ ਦੇ ਨੁਮਾਇੰਦੇ ਵਜ਼ੀਰ ਜਾਂ ਮੰਤਰੀ MLA ਇਹਨੂੰ ਵਾਜਬ ਮੰਨਦੇ ਨੇ, ਉਹਨਾਂ ਮੰਗਾਂ 'ਤੇ ਉਹ ਕਿਉਂ ਨਾ ਸਾਡੀ ਵਕਾਲਤ ਕਰਨ? ਕਿਉਂਕਿ ਇਹ ਸਾਡਾ ਕੱਲਿਆਂ ਦਾ ਇਸ਼ੂ ਨਹੀਂ, ਤੁਹਾਡਾ ਵੀ ਹੈ, ਸਾਡਾ ਵੀ, ਸਾਰਿਆਂ ਦਾ ਹੈ। ਇਹ ਅਨਾਜ ਦਾ ਮਸਲਾ, ਜ਼ਮੀਨਾਂ ਦਾ ਮਸਲਾ। ਅਸੀਂ ਵੇਟ ਤਾਂ ਦੇਖੋ, ਅੱਜ ਅਸੀਂ ਉਹੀ ਹਾਂ, ਕੱਲ੍ਹ ਨੂੰ ਵੀ ਇੱਥੇ ਹਾਂ ਅਤੇ ਪਰਸੋਂ ਵੀ ਅਸੀਂ ਇੱਥੇ ਹਾਂ। ਅਸੀਂ ਇੰਤਜ਼ਾਰ ਕਰਦੇ ਹਾਂ ਜੀ, ਸਾਰੇ ਪ੍ਰੋਗਰਾਮਾਂ ਦਾ ਤੈਅ ਕਰਕੇ ਜਦੋਂ ਅਸੀਂ ਬੈਠਾਂਗੇ, ਅਸੀਂ ਅੱਜ ਦੀ ਵੀ ਕੱਲ੍ਹ ਨੂੰ ਸਟੇਜ ਚਲਾਵਾਂਗੇ, ਦਿਨ 'ਚ ਗੱਲਾਂ ਹੋਣਗੀਆਂ, ਪਰਸੋਂ ਸੈਸ਼ਨ ਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਵਿਚਾਰ ਕਰਕੇ ਕੱਲ੍ਹ ਨੂੰ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਸ਼ਾਮ ਨੂੰ ਜਿਹੜਾ ਸਾਡਾ ਅਨੈਲਿਸਿਸ ਬਣੂਗਾ ਉਹਦਾ ਅਸੀਂ ਐਲਾਨ ਕਰਾਂਗੇ 5 ਤਰੀਕ ਨੂੰ ਸਟੇਜ। ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਨੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਚਾਲਾਂ ਚੱਲ ਰਹੀ ਹੈ ਕਿਸਾਨਾਂ ਅਤੇ ਸੂਬਾ ਸਰਕਾਰ ਨੂੰ, ਉਹਨਾਂ ਕਿਹਾ ਕਿ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ। ਚੰਡੀਗੜ੍ਹ 'ਚ ਹੋਰ ਵੀ ਯੂਨੀਅਨਾਂ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਕਰਕੇ ਗਈਆਂ ਨੇ ਸਾਥ ਦੇਣੇ। ਔਰ ਵੀ ਬਾਤ ਹੋਤੀ ਆਪ ਇੱਕ ਬੜੇ ਨੇਤਾ ਹੈ, ਆਮ ਲੋਕ ਕਿਉਂ ਪਿਸ ਰਹੇ ਹੈ, ਵੋ ਕਹਿ ਰਹੇ ਹਮਾਰਾ ਕਿਆ ਕਸੂਰ? ਯਹੀ ਤਾਂ ਪੋਲਿਸੀ ਭਾਰਤ ਸਰਕਾਰ ਕੀ ਹੈ ਕਿ ਲੋਕ ਦੁਖੀ ਹੋ, ਪੰਜਾਬ ਸਰਕਾਰ ਵੀ ਬਦਨਾਮ ਹੋ, ਯਹਾਂ ਕੇ ਜਥੇਬੰਦੀ ਸੇ ਕਿਸਾਨ ਨਾਰਾਜ਼ ਹੋ, ਵੋ ਕਿਸਾਨੋਂ ਸੇ ਆਮ ਪਬਲਿਕ ਨਾਰਾਜ਼ ਹੋ। ਤੋ ਭਾਰਤ ਸਰਕਾਰ ਕੇ ਦੋ ਫਾਇਦੇ ਹੈ, ਇੱਕ ਤਾਂ ਵਿਪਕਸ਼ੀ ਸਰਕਾਰ ਹੈ, ਉਸਕੀ ਇਮੇਜ ਖਰਾਬ ਹੋਗੀ, ਇੱਕ ਜਥੇਬੰਦੀ ਸਿੱਖ ਸਮਾਜ ਸੇ ਆਮ ਲੋਕ ਦੁਖੀ ਹੋਗਾ, ਇਹ ਚਾਹਤੀ ਹੈ ਸਰਕਾਰ। ਸਰਕਾਰ ਕਾ ਪਲਾਨ ਹੈ? ਪੂਰਾ ਪਲਾਨ। ਲੇਕਿਨ ਸਰਕਾਰ ਪਰਮਿਸ਼ਨ ਵੀ ਤਾਂ ਦੇ ਰਹੀ ਹੈ ਪ੍ਰੋਟੈਸਟ ਕਰ, ਚੰਡੀਗੜ੍ਹ ਮੈਂ ਬੜੇ ਸਾਲੋਂ ਬਾਅਦ ਪਰਮਿਸ਼ਨ ਮਿਲੀ ਆਪਕੋ, ਅਗਰ ਪਤਾ ਸ਼ਾਂਤੀਪੂਰਨ ਤਰੀਕੇ ਸੇ ਬਤਾਓ, ਕਿਸੀ ਕਾ ਲਾਠੀ ਲਗੀ ਹੋ ਜਾਂ ਡੜਾ ਲਗਾ ਹੋ, ਬਈ ਪਰਮਿਸ਼ਨ ਦੇ ਰਹੇ ਹੈ ਤੋ ਇਨਕੀ ਬਾਤ ਸੁਣੋ, ਬਈ ਲੋਕ ਬੈਠੇ ਵਹਾਂ ਪਰ ਜਾਗਾ ਬੈਠੇਗਾ, ਲੋਕ ਆਪਣਾ ਸਟੇਜ ਲਗੇਗਾ, ਲੋਕ ਫਿਰ ਆਪਣਾ ਵਾਪਸੀ ਚਲੇ ਜਾਏਗੇ। ਪੰਜਾਬ ਮੈਂ ਤੋ ਰਾਜਵਾਲ ਸੇ ਕਈ ਲੀਡਰ ਖੜੇ ਹੋਏ ਥੇ, ਨਹੀਂ ਜਿੱਤਾ? ਹਾਂ ਤੋ ਜੀਤ ਕੇ ਫਿਰ ਤਜਰਬਾ ਹੋਗਾ, ਉਹਨਾਂ ਕੋ ਗਿਆਨ ਪ੍ਰਾਪਤ ਹੋਗਾ। ਕਿਸਾਨ ਯੂਨੀਅਨ ਵੀ ਇੱਕ ਨਹੀਂ ਕਾ? ਨਹੀਂ ਨਹੀਂ, ਦੇਖੀ ਦੋ ਗਰੁੱਪ ਵਹਾਂ ਲਗੇ ਹੋਏ ਹੈ, ਸ਼ੰਭੂ ਪੇ ਅਲੱਗ ਹੈ। ਆੰਦੋਲਨਕਾਰੀ ਜੋ ਨੇਤਾ ਹੋਗੇ ਵੋ ਕਭੀ ਇਲੈਕਸ਼ਨ ਮੈਂ ਜਿੱਤਾਂਗੇ ਨਹੀਂ, ਠੀਕ। ਆੰਦੋਲਨ ਅਲੱਗ ਚੀਜ਼ ਹੈ ਔਰ ਇਲੈਕਸ਼ਨ ਅਲੱਗ ਚੀਜ਼ ਹੈ, ਇਸ ਲਈ ਆਪ ਲੜਤੇ ਨਹੀਂ?
ना, हम तो लड़ते नहीं इस बीमारी से, हम तो दूर हैं। वो अभी आगे प्लान फ्यूचर में कोई प्लान नहीं हमारा इलेक्शन का। इलेक्शन एक बीमारी है, या जिसका लग जाएगी बहुत मुश्किल झूठ है। ਰਾਜ ਇੱਕ ਇਹ ਵੀ ਕਿਹਾ ਜਾ ਰਿਹਾ ਕਿ ਚੰਡੀਗੜ੍ਹ 'ਚ ਕਿਸੇ ਨੂੰ ਪਰਮਿਸ਼ਨ ਦਿੱਤੀ ਜਾਣੀ ਸੀ, ਸੈਂਟਰ ਨਾਲ ਕਹਿ ਤੁਹਾਡੀ ਕੋਈ ਇਹੋ ਜਿਹੀ ਕਹਿੰਦੇ ਗੱਲਬਾਤ ਹੋਈ ਹੈ ਵੀ ਸੈਂਟਰ ਦੀ ਥਾਪੀ ਹੈ, ਇਹ ਇਲਜ਼ਾਮ ਨੇ ਤੁਹਾਡੇ 'ਤੇ ਲੱਗ ਰਹੇ ਨੇ। ਦੇਖੋ ਕੌਣ ਐਂ ਫਿਰ ਰਾਜੇ ਵਾਲੇ ਦੇ ਕਿਹੜੇ ਕੁੰਡੇ ਨਾਲ, ਉਹ ਤਾਂ ਕਰਕੇ ਗਏ ਨੇ, ਹੋਰ ਜਥੇਬੰਦੀਆਂ ਵੀ ਆ ਰਹੀਆਂ ਨੇ, ਕਿਉਂਕਿ ਜਥੇਬੰਦੀਆਂ ਜਦੋਂ ਕਰਨਾ ਸਾਡਾ ਜਮਹੂਰੀ ਹੱਕ ਹੈ, ਰਾਜੇ ਵਾਲਾ ਹੁਣੇ ਜਥੇਬੰਦੀ ਵੀ ਕਰਕੇ ਗਈ, ਅਸੀਂ ਵੀ ਉੱਥੇ ਕਰਕੇ ਗਏ ਪ੍ਰੋਗਰਾਮ, ਸਾਡਾ ਜਮਹੂਰੀ ਅਧਿਕਾਰ ਹੈ ਜੀ। ਕੁੰਡੀ ਕਾਂਡੀ ਵਾਲਾ ਕੀ ਸਵਾਲ ਹੈ, ਕੀ ਮਿਲ ਗਿਆ ਸਾਨੂੰ ਇੱਥੇ ਚੰਡੀਗੜ੍ਹ ਆਉਣ ਨਾਲ, ਕੀ ਅਸੀਂ ਇੱਥੇ ਚੱਕ ਕੇ ਲੈ ਗਏ? ਨਵਾਂ ਕੁਛ ਨਹੀਂ, ਅਸੀਂ ਪਹਿਲਾਂ ਵੀ ਇੱਥੇ ਰਹਿੰਦੇ ਰਹੇ ਹਾਂ, ਹੁਣ ਵੀ ਇੱਥੇ ਆਏ ਹਾਂ। ਇਹ ਅਧਿਕਾਰ ਸੀ ਸਾਡਾ ਜਿਹੜਾ ਇਹਨਾਂ ਨੇ ਨੱਪ ਰੱਖਿਆ ਸੀ, ਉਹ ਅਸੀਂ ਲਾਗੂ ਕਰਵਾਇਆ। ਨਵੀਂ ਗੱਲ ਕੀ ਹੈ ਜੀ? ਉਧਰ ਸ਼ੰਭੂ ਬਾਰਡਰ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਨਿਕਲੇਗਾ, ਪਰ ਉਹਨਾਂ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਹੋਵੇ। ਨਾਲ ਦੀ ਨਾਲ ਉਹਨਾਂ ਕਿਸਾਨਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਵੀ ਸਿਆਸੀ ਦਲਾਂ ਤੋਂ ਦੂਰ ਰਹਿਣ। ਕਮੇਟੀ ਕਿਸਾਨਾਂ ਨੂੰ ਬਾਰਡਰ ਤੋਂ ਟਰੈਕਟਰ ਹਟਾਉਣ ਦੀ ਵੀ ਅਪੀਲ ਕਰੇਗੀ। ਇਹ ਗੱਲ ਵੀ ਸੁਪਰੀਮ ਕੋਰਟ ਵੱਲੋਂ ਕਹੀ ਗਈ। ਉਹਨਾਂ ਕਿਹਾ ਕਿ ਉਮੀਦ ਹੈ ਕਿਸਾਨ ਕਮੇਟੀ ਦੀ ਗੱਲ ਸੁਣਨਗੇ ਅਤੇ ਸੜਕਾਂ ਤੋਂ ਹਟਣਗੇ। ਇਸ ਦੇ ਨਾਲ ਉਹਨਾਂ ਕਿਹਾ ਕਿ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਪੰਜਾਬ ਹਰਿਆਣਾ ਦੇ DGP ਅਤੇ ਚੀਫ ਸੈਕਟਰੀ ਇਸ ਕਮੇਟੀ ਦੀ ਮਦਦ ਕਰਨਗੇ।